ट्रालियां बंद करो, बंद करो, बंद करो। गन्ने दी ट्रालियां बंद करो, बंद करो, बंद करो। लोकां दी जाना खेडना बंद करो, बंद करो, बंद करो। हरपाल सिंह सर, अज तुसीं एसडीएम साहब नूं मिले, की समस्या सी तुहानूं? ਇਹ ਜਿਹੜੀ ਸਮੱਸਿਆ ਜੀ ਅੱਜ ਦੀ ਨਹੀਂ, ਇਹ ਜਦੋਂ ਦੀ ਮਿਲ ਲੱਗੀ ਆ ਨਾ, ਉਸ ਤੋਂ ਇਹ ਸਮੱਸਿਆ ਉਦੋਂ ਦੀ ਸ਼ੁਰੂ 2007 ਦੀ ਆ। ਪਹਿਲਾਂ ਅਸੀਂ ਪਾਣੀ ਦੇ ਮੁੱਦੇ 'ਤੇ, ਜਿੰਨੀ ਸਾਡੀ ਕਮੇਟੀ ਆ ਪਾਣੀ ਦੇ ਮੁੱਦੇ 'ਤੇ ਪਾਣੀ ਦੀ ਲੜਾਈ ਲੜਦੇ ਰਹੇ ਹਾਂ। ਹੁਣ ਸਾਨੂੰ ਇਹ 3-4 ਪਿੰਡਾਂ ਨੂੰ ਇੰਨੇ ਪਰੇਸ਼ਾਨ ਆ ਲੋਕ, ਚਾਹੇ ਉਹ ਸਕੂਲੀ ਬੱਚੇ ਜਾਂਦੇ ਆ, ਚਾਹੇ ਕੋਈ ਸਿਆਣਾ ਬੰਦਾ ਗੁਰਦੁਆਰੇ ਜਾਂਦਾ ਆ, ਜਾਂ ਕੋਈ ਡਿਊਟੀ 'ਤੇ ਜਾਂਦਾ। ਅਸੀਂ ਐਸਡੀਐਮ ਦੇ ਸਾਹਿਬ ਦੇ ਪਹਿਲਾਂ ਵੀ ਨੋਟਿਸ ਕਰ ਲਿਆਂਦੀ, ਐਸਡੀਐਮ ਸਾਹਿਬ ਨੇ ਮੌਕਾ ਵੀ ਦੇਖਿਆ, ਪਰ ਚਲੋ ਅਸੀਂ ਜੋ ਉਹਨਾਂ ਨੇ ਸਾਨੂੰ ਗੱਲ ਕਹੀ ਅਤੇ ਇਸ ਹਿਸਾਬ ਨਾਲ ਕਰ ਲਓ, ਟਾਈਮ ਦੇ ਸਿਰ ਤੁਸੀਂ ਜਿਹੜੀ ਬੱਚਿਆਂ ਦੇ ਟਾਈਮ ਦੇ ਸਕੂਲ ਦੇ ਜਾਣ 'ਤੇ ਕਰ ਲਓ। ਪਰ ਜਦੋਂ ਹਾਲਾਤ ਦੇਖਦੇ ਹਾਂ ਤੁਸੀਂ, ਇਹ ਬੰਦਿਆਂ ਨੂੰ ਪਤਾ ਰਾਤ ਕੋਈ ਐਕਸੀਡੈਂਟ ਹੋਇਆ ਉਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਆਈ ਆ, ਜੇ ਕੋਈ ਹੈਂਡੀਕੈਪ ਆ ਇਹਨੀ ਬਿਲਕੁਲ ਨਹੀਂ ਦੇਖਣਾ, ਇਹਨੀ ਡੈੱਕ ਵਜਾਉਣੇ ਪੂਰੇ, ਨਾ ਕੋਈ ਸਿਆਣਾ ਬੰਦਾ ਦੇਖਣਾ, ਨਾ ਕਰੋਸਿੰਗ ਦੇਖਣੀ ਕਦੋਂ ਦੇਣਾ ਤਾਂ ਕਦੋਂ ਕਿੱਧਰ ਨੂੰ ਲੰਘਣਾ ਆ। ਸੋ ਅੱਜ ਐਸਡੀਐਮ ਸਾਹਿਬ ਸਾਡੀ ਗੱਲ ਸੁਣੀ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਮੇਰਾ ਨਾਮ ਦਲਵਿੰਦਰ ਸਿੰਘ ਬੋਦਲ ਛਾਉਣੀ, ਸਰਪੰਚ ਹੈ। ਰਾਤ ਕੱਲ੍ਹ ਰਾਤ ਜਿਹੜਾ ਆ ਉਹ ਪਿੰਡ ਦੇ ਵਿੱਚ ਜਦੋਂ ਇੱਕ ਦੋ ਜਿਹੜੀਆਂ ਉਹ ਅਣਸਖਾਵੀਆਂ ਜਿਹੜੀਆਂ ਉਹ ਘਟਨਾਵਾਂ ਵਾਪਰੀਆਂ, ਟਰਾਲੀਆਂ ਆਪਣੇ ਅਨਲੋਡਡ ਅਤੇ ਲੋਡਡ ਟਰਾਲੀਆਂ ਕਰਕੇ, ਸੋ ਸਾਡੇ ਸਾਰੇ ਪਿੰਡਾਂ ਦੇ ਜਿਹੜੇ ਦੋਨਾਂ ਵਟਨਾ ਪਿੰਡਾਂ ਦੇ ਜਿਹੜੇ ਆ ਉਹ ਨੌਜਵਾਨ ਜਿਹੜੇ ਆ ਉਹ ਇਕੱਠੇ ਹੋਏ। ਉਸ ਵੇਲੇ ਮਾਹੌਲ ਜਿਹੜਾ ਆ ਉੱਥੇ ਜਾਮ ਲਾਇਆ ਗਿਆ, ਉੱਥੇ SHO ਸਾਹਿਬ, ਡਿਪਟੀ ਸਾਹਿਬ ਆਏ, ਉਹਨਾਂ ਨੇ ਅੱਜ ਸਾਨੂੰ 5 ਵਜੇ ਦਾ SDM ਸਾਹਿਬ ਨਾਲ ਟਾਈਮ ਲੈ ਕੇ ਮਿਲ ਕੇ ਦਿੱਤਾ ਵੀ ਜੋ ਪੱਕਾ ਫੈਸਲਾ ਆ ਉਹ ਆਪਾਂ SDM ਸਾਹਿਬ ਦੀ ਜਿਹੜੀ ਆ ਹਾਜ਼ਰੀ ਦੇ ਵਿੱਚ ਬੈਠ ਕੇ ਕਰਾਂਗੇ। ਸੋ ਅੱਜ SDM ਸਾਹਿਬ ਨੇ, ਡਿਪਟੀ ਸਾਹਿਬ ਨੇ ਅਤੇ ਇੱਥੇ ਮਿਲ ਮੈਨੇਜਮੈਂਟ ਸੀ ਅਤੇ ਸਾਡੇ ਸਾਰੇ ਲਾਗੇ ਤਿੰਨਾਂ ਪਿੰਡਾਂ ਦੇ ਜਿਹੜੇ ਆ ਨੌਜਵਾਨ ਅਤੇ ਆਪਣੇ ਮੌਜੂਦ ਬੰਦੇ ਸੀਗੇ, ਸਾਰੀਆਂ ਪੱਖ ਦੀਆਂ ਦਲੀਲਾਂ ਅਪੀਲਾਂ ਸੁਣ ਕੇ ਸਾਰਿਆਂ ਪੱਖਾਂ ਨੂੰ, ਜਿੱਥੇ ਜ਼ਿਮੀਂਦਾਰ ਭਰਾ ਵੀ ਜਿਹੜਾ ਆ ਉਹ ਕਿਸੇ ਨੁਕਸਾਨ 'ਚ ਨਾ ਜਾਵੇ ਜਾਂ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ, ਤਾਂ ਲੋਕਾਂ ਦਾ ਜਿਹੜਾ ਜੀਵਨ ਵੀ ਆ ਸਾਡੇ ਪਿੰਡਾਂ ਦਾ ਜਿਹੜਾ ਉਹ ਅਣਸਖਾਵੀਆਂ ਘਟਨਾ ਤੋਂ ਵਾਪਰ ਆਪਣੇ ਬਚਾਇਆ ਜਾ ਸਕੇ। ਇਹਨਾਂ ਮੁੱਦਿਆਂ 'ਤੇ ਜਦੋਂ ਸਾਰੀ ਚਰਚਾ ਹੋਈ ਆ ਤਾਂ ਇਹ ਫੈਸਲਾ ਇਹ ਹੋਇਆ SDM ਸਾਹਿਬ ਵੱਲੋਂ, ਉਹਨਾਂ ਨੇ ਜਿਹੜੇ ਦੋ ਜਿਹੜੇ ਮੁਲਾਜ਼ਮ ਆ ਉਹ ਪੁਲਿਸ ਦੇ ਜਿਹੜੇ ਆ ਉਹ ਗਰਨਾ ਸਾਹਿਬ ਆਪਣੇ ਅੱਡੇ 'ਤੇ ਲੱਗਣਗੇ, GD ਰੋਡ 'ਤੇ। ਉੱਥੋਂ ਜਿਹੜੀਆਂ ਟਰਾਲੀਆਂ ਉੱਧਰੋਂ ਆਉਂਦੀਆਂ ਉਹ ਡਾਇਵਰਟ ਕਰਕੇ ਜਿਹੜਾ ਵਾਇਆ SDM ਚੌਂਕ ਜਿਹੜਾ ਆ ਤਾਂ ਰੰਧਾਵਿਆਂ ਥਾਣੀ ਉਹ ਮਿਲ ਨੂੰ ਜਾਣਗੀਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਪਿੰਡ ਬੋਦਲਾਂ ਅਤੇ ਬੇਰਛਾ ਦੇ ਪਿੰਡ ਵਾਸੀ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ, ਮੇਰੇ ਦਫ਼ਤਰ ਆਏ। ਅਸੀਂ ਮਿਲ ਵਾਲੇ ਅਥੋਰਿਟੀਜ਼ ਨੂੰ ਵੀ ਸੱਦਿਆ ਸੀਗਾ ਅਤੇ ਪੁਲਿਸ ਪ੍ਰਸ਼ਾਸਨ ਵੀ ਨਾਲ ਬੈਠਾ ਸੀਗਾ, ਆਪ ਡਿਪਟੀ ਸਾਹਿਬ ਅਤੇ SHO ਨਾਲ ਸੀਗੇ। ਉਹਨਾਂ ਨੇ ਆਪਣੀ ਇੱਕ ਪ੍ਰੋਬਲਮ ਦੱਸੀ ਕਿ ਜਿਹੜੀਆਂ ਟਰਾਲੀਆਂ ਟਰਾਲੇ ਜਿਹੜੇ ਹੈਗੇ ਗੰਨੇ ਦੇ ਕਮਾਦ ਜਿਹੜਾ ਵੱਢ ਕੇ ਆਉਂਦਾ ਉਹ ਜਦੋਂ ਪਿੰਡ 'ਚੋਂ ਲੰਘਦਾ ਅਤੇ ਕਈ ਵਾਰੀ ਟਰਾਲੀਆਂ ਕਰਕੇ ਨੁਕਸਾਨ ਹੋ ਜਾਂਦਾ, ਲੋਕਾਂ ਦਾ ਨਿੱਜੀ ਨੁਕਸਾਨ ਵੀ ਹੋ ਜਾਂਦਾ ਅਤੇ ਉੱਦਾਂ ਬਹੁਤ ਨਿਊਸੈਂਸ ਕ੍ਰੀਏਟ ਹੁੰਦੀ ਹੈ। ਬੱਚੇ ਸਕੂਲ ਜਾਂਦੇ ਹੈ ਤਾਂ ਉਹਨਾਂ ਨੂੰ ਟਰਾਲੀਆਂ ਕਰਕੇ ਵੀ ਔਖਾ ਹੋ ਜਾਂਦਾ, ਕਦੇ ਕੋਈ ਮੈਡੀਕਲ ਐਮਰਜੈਂਸੀ ਦੀ ਵੀ ਲੋੜ ਹੋ ਸਕਦੀ ਹੈ ਅਤੇ ਉੱਥੇ ਟਰਾਲੀਆਂ ਕਰਕੇ ਬਹੁਤ ਰਸ਼ ਰਹਿੰਦਾ ਅਤੇ ਟ੍ਰੈਫਿਕ ਦਾ ਇੱਕ ਮਸਲਾ ਜਿਹੜਾ ਉਹਨਾਂ ਨੇ ਉਜਾਗਰ ਕੀਤਾ ਅਤੇ ਸਾਡੇ ਧਿਆਨ 'ਚ ਲੈ ਕੇ ਆਏ ਅਤੇ ਅਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਤੋਂ ਬਾਅਦ ਇੱਕ ਜਿਹੜਾ ਕੰਸਟਰਕਟਿਵ ਸਲਿਊਸ਼ਨ ਜਿਹੜਾ ਅਸੀਂ ਕੱਢ ਕੇ ਹੁਣ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿ ਰਾਤੀ ਇੱਕ ਟਾਈਮ ਬਾਉਂਡ, ਅਸੀਂ ਟ੍ਰੈਫਿਕ ਮੈਨੇਜਮੈਂਟ ਦੀ ਗੱਲ ਕਰਨ ਜਾ ਰਹੇ ਹਾਂ ਕਿ ਰਾਤੀ 9 ਤੋਂ 5 ਵਜੇ ਜਿਹੜਾ ਰੋਡ ਟਾਂਡਾ ਦਸੂਆ ਅਤੇ ਦਸੂਆ ਹੁਸ਼ਿਆਰਪੁਰ ਨੂੰ ਵਾਇਆ ਬੋਦਲ ਬੇਰਛਾ ਕਨੈਕਟ ਕਰਦਾ, ਉਸ ਰੋਡ ਦੀ ਜਿਹੜੀ ਮੂਵਮੈਂਟ ਹੈ ਅਸੀਂ ਰਾਤੀ 9 ਤੋਂ 5 ਤੱਕ ਪੂਰੀ ਓਪਨ ਕਰ ਰਹੇ ਹਾਂ, ਫੋਰ ਭਰੀਆਂ ਹੋਈਆਂ ਟਰਾਲੀਆਂ ਅਤੇ ਖਾਲੀਆਂ ਹੋਈਆਂ ਟਰਾਲੀਆਂ ਦੋਹਾਂ ਵਾਸਤੇ। ਬਟ ਜਿਹੜੇ ਦਿਨ ਦਾ ਸਮਾਂ ਆ ਕਿ ਸਵੇਰੇ 5 ਤੋਂ ਸ਼ਾਮੀ 9 ਵਜੇ ਦਾ ਜਿਹੜਾ ਸਮਾਂ ਆ ਉਸ ਦੇ ਵਿੱਚ ਅਸੀਂ ਟ੍ਰੈਫਿਕ ਥੋੜ੍ਹਾ ਜਿਹਾ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਮਿਲ ਤੋਂ ਲੈ ਕੇ ਯਾਨੀ ਕਿ ਦਸੂਆ ਹੁਸ਼ਿਆਰਪੁਰ ਰੋਡ ਤੋਂ ਸ਼ੁਰੂ ਕਰੀਏ ਤੋਂ ਲੈ ਕੇ ਬੋਦਲ ਬੇਰਛਾ ਦਾ ਜਿਹੜਾ ਐਂਟਰੀ ਪੁਆਇੰਟ ਹੈ ਉੱਥੇ ਤੱਕ ਅਸੀਂ ਇੱਕ ਡਿਵਰਜ਼ਨ ਕ੍ਰੀਏਟ ਕਰ ਰਹੇ ਹਾਂ ਕਿ ਬੋਦਲ ਬੇਰਛਾ ਤੋਂ ਇੱਕ ਡਿਵਰਜ਼ਨ ਕ੍ਰੀਏਟ ਕਰੀਏ, ਜਿਹੜੇ ਖਾਲੀਆਂ ਟਰਾਲੀਆਂ ਹੈਗੀਆਂ ਉਹ ਉੱਥੋਂ ਦੀ ਲੰਘਣਗੀਆਂ, ਕਿ ਬੋਦਲ ਬੇਰਛਾ ਵਾਲੇ ਪਿੰਡ ਵਾਸੀਆਂ ਨੂੰ ਕੋਈ ਇੱਦਾਂ ਦਾ ਕੋਈ ਨਿਊਸੈਂਸ ਨਾ ਕ੍ਰੀਏਟ ਹੋਵੇ ਅਤੇ ਜਿਹੜੀ ਭਰੀਆਂ ਹੋਈਆਂ ਟਰਾਲੀਆਂ ਹੈਗੀਆਂ ਉਹਨਾਂ ਦੀ ਐਂਟਰੀ ਅਸੀਂ ਵਾਇਆ ਦਸੂਆ SDM ਚੌਂਕ ਤੋਂ ਕਰਦੇ ਹੋਏ ਅੱਗੇ ਮਿਲ ਨੂੰ ਕਰੀਏ, ਤਾਂ ਕਿ ਜਿਹੜੇ ਲੋਕਲ ਨਿਵਾਸੀ ਨੇ, ਉੱਥੇ ਦੇ ਬੱਚੇ ਨੇ, ਗੁਰਦੁਆਰਾ ਸਾਹਿਬ ਗਰਨਾ ਸਾਹਿਬ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ, ਕਿ ਇੱਦਾਂ ਦੀ ਕੋਈ ਲੋਕਲ ਕੋਈ ਪ੍ਰੋਬਲਮ ਕਿਸੇ ਨੂੰ ਇਸ਼ੂ ਨਾ ਕ੍ਰੀਏਟ ਹੋਵੇ ਅਤੇ ਇਹਦੇ ਵਾਸਤੇ
मैं सारे जिहड़े भी किसान भाई ने आले दुआले गुआंढी पिंडां दे टांडे दे दसुए दे सारे पिंड वासियां नूं ते किसान भाई भाईचारे नूं सारियां नूं मैं यही अपील करदा कि इहदे विच प्रशासन का जरूर साथ दईए ते ताकि ना सिर्फ प्रशासन की एक जिहड़ी सहयोग है बट जिहड़े लोकल तुहाडे नाल दे भाई ने जिहड़े बोदल बेरछा दे जिहड़े निवासी ने उन्हां नूं भी थोड़ी रहन सहन की सहूलत होवे ते उन्हां दे जिहड़े बच्चे ने उत्थे कोई गुरुद्वारा गरना साहब की संगत ने उन्हां नूं कोई प्रॉब्लम ना आवे।